ਪੰਜਾਬੀ ਦੇ ਸਿੱਖਿਆਈ ਲੈ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ ਸਪੋਰਟ ਫॉर এডੂਕੇਸ਼ਨ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 9ਵੀਂ ਸਾਹਿਤਮਲਾ ਪੁਸਤਕ ਵਿੱਚੋਂ ਬਾਰਤਕ ਜਿਸ ਦਾ ਨਾਮ ਮੂੜ ਵਿਖਿਆਪਿੰਡ ਜਿਸ ਦੇ ਲੇਖਕ ਹਨ ਬਲਰਾਜ ਸਾਨੀ ਜੀ। ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਲੇਖਕ ਦੇ ਬਾਰੇ ਥੋੜਾ-ਬਹੁਤ ਜਾਣ ਲੈਂਦੇ ਹਾਂ। ਬਲਰਾਜ ਸਾਨੀ ਜੀ ਦਾ ਜਨਮ 1 ਮਈ 1913 ਈਸਵੀ ਨੂੰ ਰਾਵਲਪਿੰਡੇ ਵਿਖੇ ਹੋਇਆ। ਤੇ 1934 ਵਿੱਚ ਉਹ ਅੰਗਰੇਜ਼ ਉਹਨਾਂ ਨੇ ਅੰਗਰੇਜ਼ੀ ਵਿੱਚ ਐਮਏ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਤਰ੍ਹਾਂ ਦੇ ਕੰਮ ਕੀਤੇ ਜਿਵੇਂ ਕਿ ਸਭ ਤੋਂ ਪਹਿਲਾਂ ਵਪਾਰ ਕੀਤਾ bizness ਕੀਤਾ ਉਸ ਤੋਂ ਬਾਅਦ ਪੱਤਰਕਾਰੀ ਕੀਤੀ ਜਨਰਲਿਜ਼ਮ ਕੀਤਾ ਉਸ ਤੋਂ ਬਾਅਦ ਉਹ ਹਿੰਦੀ ਦੇ ਅਧਿਆਪਕ ਵੀ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੇ BBC ਲੰਡਨ ਵਿੱਚ ਅਨਾウンਸਰ ਦਾ ਵੀ ਕੰਮ ਕੀਤਾ ਪਰ ਜਿਹੜਾ ਉਹਨਾਂ ਦਾ ਮੁੱਖ ਕੀਤਾ ਸੀਗਾ ਮੇਨ ਕੰਮ ਸੀਗਾ ਉਹ ਸੀਗੀ ਐਕਟਿੰਗ ਤੇ ਉਹਨਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਕਿ ਕਾਬਲੀ ਵਾਲਾ ਦੋ ਬਿੱਗਾ ਜ਼ਮੀਨ ਹਮ ਲੋਗ ਹੀਰਾ ਮੋਤੀ ਤੇ ਸੋ ਇਸ ਤੋਂ ਇਲਾਵਾ ਉਹਨਾਂ ਨੇ ਕਈ ਰਚਨਾਵਾਂ ਵੀ ਲਿਖੀਆਂ ਜਿਵੇਂ ਕਿ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਤੇ ਇਹ ਜਿਹੜੀ ਵਾਰਤਾਕ ਹੈ ਨਾ ਮੋੜ ਵਿਖਿਆ ਪਿੰਡ ਇਹ ਮੇਰਾ ਪਾਕਿਸਤਾਨੀ ਸਫਰਨਾਮਾ ਦਾ ਹੀ ਕਾਂਛਾ ਇੱਕ 파ਟ ਹੈ ਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ 파ਟ ਮੋੜ ਵਿਖਿਆ ਪਿੰਡ ਤੇ ਗੱਲ ਹੈ ਕਿ 16 ਅਕਤੂਬਰ 1962 ਈਸਵੀ ਦੀ ਜਦੋਂ ਲੇਖਕ ਹੈ ਉਹ ਪਾਕਿਸਤਾਨ ਗਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਰਿਪੋਰਟ ਲਿਖਾਈ ਥਾਣੇ ਵਿੱਚ ਕਿਉਂਕਿ ਫਾਰਮੈਲਿਟੀ ਵਗੈਰਾ ਹੁੰਦੀ ਨਾ ਵੀਜ਼ਾ ਦੀ ਤੇ ਸਭ ਤੋਂ ਪਹਿਲਾਂ ਰਿਪੋਰਟ ਲਿਖਵਾਣੀ ਪੈਂਦੀ ਹੈ ਤੇ ਉਹਨਾਂ ਨੇ ਪਹਿਲਾਂ ਰਿਪੋਰਟ ਲਿਖਵਾਈ ਫ ਤੇ ਬਸ ਅੱਡੇ ਤੋਂ ਲੇਖਕ ਨੇ ਜਾਣਾ ਸੀਗਾ ਪੇਰ ਆਪਣੇ ਸ਼ਹਿਰ ਤੇ ਪੇਰ ਰਿਹਾ ਬਸ ਅੱਡੇ ਤੋਂ 60-70 ਮੀਟਰ ਦੂਰ ਸੀ ਤੇ ਲੇਖਕ ਦੇ ਨਾਲ ਲੇਖਕ ਦੇ ਤਿੰਨ ਦੋਸਤ ਵੀ ਸਨ ਕਿਹੜੇ-ਕਿਹੜੇ ਦੋਸਤ ਸਿਕੰਦਰ ਸ਼ਾਕਿਰ ਤੇ ਮੁਸਤਹਿਮਿਨ ਤੇ ਲੇਖਕ ਨੂੰ ਇਹ ਲੱਗ ਰਿਹਾ ਵੀ ਪੇਰਾ ਇੱਕ ਸੋਖੇ ਜਿਹੀ ਮੁਹੀਮ ਹੈ ਕਿ ਸੋਖੇ ਜਿਹੀ ਮੁਹੀਮ ਲੇਖਕ ਨੂੰ ਜਾ ਪਰੀ ਹੈ ਪਰ ਲੇਖਕ ਨੂੰ ਇਹ ਨਹੀਂ ਪਤਾ ਕਿ ਉਸ ਉੱਪਰ ਜਜ਼ਬੇ ਦਾ ਤੂਫਾਨ, इमोशंस ਦਾ ਤੂਫਾਨ, ਦਾ ਟੁੱਟਣਾ ਤੇ ਲੇਖਕ ਕਹ ਪੇਰਾ 40 ਸਾਲਾਂ ਬਾਅਦ ਜਾ ਰਿਹਾ ਜਦੋਂ 8-9 ਸਾਲ ਦਾ ਲੇਖਕ ਹੁੰਦਾ ਸੀਗਾ ਤੇ ਉਦੋਂ ਉੱਧਰ ਰਿਆ ਕਰਦਾ ਸੀ ਤੇ ਉਸ ਤੋਂ ਬਾਅਦ ਸਾਨੂੰ ਪੇਰੇ ਬਾਰੇ ਦੱਸਿਆ ਗਿਆ ਕਿ ਪੇਰਾ ਨਿੱਕਾ ਜਿਹਾ ਸ਼ਹਿਰ ਹੈ ਤੇ ਲੇਖਕ ਕਹ ਗਲੀਆਂ ਛੋਟੇ ਹੁੰਦੇ ਆ ਉੱਥੇ ਦੌੜਾ ਲਗਾਇਆ ਕਰਦਾ ਸੀ ਤੇ ਲੇਖਕ ਵਿੱਚ ਮੀਨਸ ਕਿ ਪੇਰੇ ਵਿੱਚ ਕੀ ਹੈ ਕਿ ਕੋਕਰਨ ਬਰਾਦਰੀ ਵਾਲਿਆਂ ਦੇ ਨਾਲ ਅਲੱਗ-ਅਲੱਗ ਮੁਹੱਲੇ ਹੈਗੇ ਹਨ ਜਿਵੇਂ ਕਿਸਾਨੀਆਂ ਦਾ ਅਲੱਗ ਮੁਹੱਲਾ, ਕੋਲਣੀਆਂ ਦਾ ਅਲੱਗ ਮੁਹੱਲਾ, ਅਨੰਦਾ ਦਾ ਅਲੱਗ ਮੁਹੱਲਾ ਤੇ ਹੁਣ बस ਵਿੱਚ ਬੈਠਾ ਲੇਖਕ ਤੇ ਉਸ ਨੂੰ ਮੇਂ ਬਚਪਨ ਦੀ ਯਾਦ ਹੈ ਉਹ ਆ ਰਹੀ ਹੈ ਕਿ ਬਚਪਨ ਵਿੱਚ ਹੈ ਤਾਈ ਜੀ ਆਪਣੇ ਕੁਝ ਸਾਥਣਾਂ ਨਾਲ ਜੇਲਮ ਦੇ ਜੇਲਮ ਦੇ ਜੇਲਮ ਦਰਿਆ ਦੇ ਕਿਨਾਰੇ ਜਾ ਕੇ ਇਸ਼ਨਾਨ ਕਰਦੇ ਸੀਗੇ ਤੇ ਕਦੇ-ਕਦੇ ਸਵੇਰੇ ਲੇਖਕ ਅਤੇ ਉਸ ਦਾ ਭਰਾ ਵੀ ਚੰਦ ਪਰਾ ਛੋਟਾ ਪਰਾ ਪਿਸ਼ੰਭ ਵੀ ਜਾਂਦੇ ਸਨ ਨਾਲ ਤੇ ਨ ਤਿੰਨ ਪੜਾਉਂਦੇ ਸਨ ਰਸਤੇ ਵਿੱਚ ਤਿੰਨ ਪੁਆਇੰਟਸ ਆਉਂਦੇ ਸਨ ਚਿੜੀ ਚੌਕ ਕੜੀ ਪੰਤੇ ਓਕਾ ਪੰਡਾ ਤੇ ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਸੀ ਤੇ ਮੇਲਾ ਲੱਗਦਾ ਸੀ ਕਿ ਜਿਸ ਵਿੱਚ ਇਸਤਰੀਆਂ ਤੇ ਕੁੜੀਆਂ ਇਕੱਠੀਆਂ ਹੁੰਦੀਆਂ ਸਨ ਤੇ ਉਹਦਨ ਤਿਰੰਜਣ ਲੱਗਦਾ ਸੀ ਜਿੱਥੇ ਸਤਰੀਆਂ ਚਰਖਾ ਕੱਤਦੀਆਂ ਸਨ ਤੇ ਉਸਦੇ ਉਸ ਤਿਰੰਜਣ ਦਾ ਪ੍ਰਧਾਨ ਕੌਣ ਸੀ ਤੇ ਕਿਸ ਕਿਸ ਦੀ ਪ੍ਰਧਾਨਗੀ ਹੇਟ ਤਿਰੰਜਣ ਲੱਗਦਾ ਸੀਗਾ ਲੇਖਕ ਦੇ ਮਾਤਾ ਜੀ ਦੀ ਪ੍ਰਧਾਨਗੀ ਹੇਟ ਤਿਰੰਜਣ ਲੱਗਦਾ ਸੀਗਾ ਤੇ ਇਸ ਵਿੱਚ ਲੇਖਕ ਦੀਆਂ ਦੋਨੋਂ ਭੈਣਾਂ ਤੇ ਸਹੇਲੀਆਂ ਵੀ ਚਰਖਾ ਕੱਤਦੀਆਂ ਸਨ ਤੇ ਬਚਪਨ ਵਿੱਚ ਲੇਖਕ ਲੁਕਣ ਮਿੱਟੀ ਵੀ ਖੇਡਦਾ ਸੀਗਾ ਤੇ ਖੇਤਾਂ ਤੇ ਖੇਤਾਂ ਤੋਂ ਮੋਲੀਆਂ ਤੇ ਗਾਜਰਾਂ ਉਹ ਪੱਟਦੇ ਸੀਗੇ ਤੇ ਬਚਪਨ ਦੀ ਯਾਦਾ ਤਾਜ਼ਾ ਹੋ ਰਹੀਆਂ ਬਸ ਵਿੱਚ ਬੱਟੇ ਬੱਠੇ ਤੇ ਸੀਟ ਦੇ ਉੱਪਰ ਕੀ ਹੋਇਆ ਹੁਣ ਨਾਲ ਵਾਲੀ ਸੀਟ ਤੇ ਇੱਕ ਬੁੱਢੀ ਔਰਤ ਤੇ ਆਪਣੇ ਆਪਣੇ ਪੁੱਤਰ ਨਾਲ ਆ ਬੈਠੇ ਤੇ ਉਹ ਬੁੱਢੀ ਔਰਤ ਲੇਖਕ ਦੀ ਮਾਂ ਵਰਗੀ ਸੀ ਤੇ ਹੁਣ ਬਸ ਸੱਪ ਪੁੱਲੋਵਾਲ ਜਾ ਰੂਗੀ ਪੁੱਲੋਵਾਲ ਹੈ ਪੇਰੇ ਤੋਂ 10-12 ਮੀਲ ਦੂਰ ਹੈ ਤੇ ਪੌਣਾ ਘੰਟਾ ਬਸ ਦਾ ਸੌਪੇ ਜਾਂ ਪੌੜਾ ਘੰਟਾ ਰੁਕਣਾ ਪਰ ਲੇਖਕ ਨੂੰ ਜਿਹੜਾ ਸਮਾਂ ਅਲੋਟ ਹੋਇਆ ਹੋਇਆ ਉਹ ਸਿਰਫ 3 ਘੰਟੇ ਦਾ ਕਿਉਂਕਿ ਪਹਿਲਾਂ ਥਾੜੇ ਵਿੱਚ ਰਿਪੋਰਟ ਲਿਖਾਈ ਹੋਈ ਹੈ ਤੇ ਹੋਣਾ ਕਿ ਇਹ ਲੇਖਕ ਕੋਲ ਸਿਰਫ ਤਿੰਨ ਘੰਟੇ ਸੰਤੇ ਉਹ ਬਸ ਅਡੇ ਦੇ ਮੁੰਤਜ਼ਿਮ ਜਿਸ ਦਾ ਅਰਥ ਹੈ ਪ੍ਰਬੰਧਕ ਕੋਲ ਗਿਆ ਤੇ ਉਸਨੇ ਉਸ ਨੂੰ ਸਾਰੀ ਗਲਤ ਅਸੀ ਤੇ ਪ੍ਰਬੰਧਕ ਨੇ ਕਿਹਾ ਕਿ ਪੇਰੇ ਵਿੱਚ ਹੁਣ ਹੈ ਕਿ ਕਿ ਪੇੜਾ ਤਾਂ ਛੋਟਾ ਜਿਹਾ ਸ਼ਹਿਰ ਉਸੇ ਚ ਹੈ ਕਿ ਤੇ ਲੇਖਕ ਕਹਿੰਦਾ ਕਿ ਮੈਨੂੰ ਮਿੱਟੀ ਖਿੱਚ ਲਈ ਆ ਤੇ ਹੁਣ ਪ੍ਰਬੰਧਕ ਦੇਖਦਾ ਕਿ ਇਹ ਲੇਖਕ ਨੇ ਪਤਲੂਨ ਪਾਈ ਹੋਈ ਹੈ ਕੋਟ ਪਾਇਆ ਹੋਇਆ ਸੂਟਡ ਬੂਟੇ ਟਸ ਤਾਂ ਉਸ ਨੂੰ ਤੇ ਉਸ ਨੂੰ ਇਹ ਲੇਖਕ ਤੋਂ ਇਸ ਗੱਲ ਦੀ ਉਮੀਦ ਨਹੀਂ ਸੀ ਤੇ 45 ਕੰ 45 ਮਿੰਟ ਦੇ ਬਦਲੇ ਪੌਣਾ ਘੰਟੇ ਦੇ ਬਦਲੇ 15 ਮਿੰਟ ਵਿੱਚ ਹੀ ਇਹ ਜੜੀ ਬੱਸਾਂ ਤੋੜ ਦਿੱਤੀ ਜਾਂਦੀ ਹੈ ਤੇ ਲੇਖਕ ਉਨ ਪਹੁੰਚ ਜਾਂਦਾ ਪੇਰੇ ਪੇਰੇ ਸ਼ਹਿਰ ਵਿੱਚ ਨੂੰ ਦੋ ਦਰਵਾਜ਼ੇ ਹੈਗੇ ਹਨ ਇੱਕ ਜੇ ਰੇਲਵੇ ਸਟੇਸ਼ਨ ਤੋਂ ਜਾਉਤੇ ਸਭ ਤੋਂ ਪਹਿਲਾ ਸਾਨੀਆ ਦਾ ਮੋਹੱਲਾ ਆਂਦਾ ਜੇ ਪਿਛਲੇ ਪਾਸੇ ਤੋਂ ਜਾਓ ਜਿਹੜੇ ਬਸਕ ਦੇ ਤੋਂ ਜਾਉਂਦੇ ਪਿਛਲੇ ਪਾਸੇ ਦਾ ਦਰਵਾਜ਼ਾ ਹੁੰਦਾ ਜਿਸ ਨੂੰ ਬਲੋਚੀ ਦਰਵਾਜ਼ਾ ਵੀ ਕਿਹਾ ਜਾਂਦਾ ਪਰ ਲੇਖਕ ਆ ਬਸ ਬਸ ਵਿੱਚੋਂ ਗਿਆ ਸੀਗਾ ਤੇ ਉਸ ਨੂੰ ਬਲੋਚੀ ਦਰਵਾਜ਼ੇ ਵਾਲੇ ਪਿਛਲੇ ਰਸਤੇ ਤੋਂ ਜਾਣਾ ਸੀਗਾ ਤੇ ਸਭ ਤੋਂ ਪਹਿਲਾਂ ਫਿਰ ਥਾਣੇ ਜਾ ਕੇ ਰਿਪੋਰਟ ਲਿਖਵਾਈ ਜਾਂਦੀ ਹੈ ਤੇ ਜਿਹੜਾ ਉਹ ਇਨਸਪੈਕਟਰ ਹੁੰਦਾ ਥਾਣੇ ਦਾ ਉਹ ਸਾਹਣੀ ਲੋਕਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਤੇ ਉਹ ਆਮਤ ਰੁਕਸਤ ਆਣ ਤੇ ਜਾਣ ਦੇ ਅੰਦਰਾਜ਼ ਐਂਟਰੀ ਇਹ ਉਹ ਇਕੱਠੇ ਹੀ ਕਰ ਦਿੰਦਾ ਵੀ ਪਾਸਪੋਰਟ ਵਿੱਚ ਐਂਟਰੀ ਇਕੱਠੇ ਹੀ ਕਰ ਦਿੰਦਾ ਵੀ ਲੇਖਕ ਨੂੰ ਦੁਬਾਰਾ ਨਾ ਆਣਾ ਪਏ ਵਾਪਸੀ ਜਿਉਂਕਿ ਥੋੜੀ ਦੇਰ ਪਾਸੇ ਲੇਖਕ ਆ ਤੇ ਹੁਣ ਲੇਖਕ ਪਹੁੰਚ ਜਾਂਦਾ ਪੇਰੇ ਤੇ ਹੁਣ ਗਲੀ ਦੀ ਨੁੱਕਰ ਉੱਤੇ ਨੂੰ ਉਸਨੂੰ ਯਾਦ ਹੁੰਦਾ ਕਿ ਖੂਹ ਹੁੰਦਾ ਤੇ ਖੂਹ ਦੇ ਸਾਹਮਣੇ ਚਾਚਾ ਜੀ ਦਾ ਘਰ ਹੁੰਦਾ ਜਿਸ ਵਿੱਚ ਲੱਕੜ ਦਾ ਦਰਵਾਜ਼ਾ ਹੁੰਦਾ ਤੇ ਬਹੁਤ ਹੀ ਚੰਗੀ ਤਰ੍ਹਾਂ ਉਸ ਵਿੱਚ ਹੈ ਚੋਪਕਾਰੀ ਲੱਕੜ ਦੇ ਦਰਵਾਜ਼ੇ ਵਿੱਚ ਬਹੁਤ ਹੀ ਬਿਹਤਰੀਨ ਕੰਮ ਕੀਤਾ ਹੋਇਆ ਹੁੰਦਾ ਤੇ ਉਸਨੂੰ ਚੌਧਰੀ ਗੁਲਾਮ ਮੁਹੰਮਦ ਦਾ ਘਰ ਮਿਲਦਾ ਤੇ ਉਹ ਚੌਧਰੀ ਗੁਲਾਮ ਮੁਹੰਮਦ ਲੇਖਕ ਦੀ ਉਮਰदाई ਸੀ ਤੇ ਬਚਪਨ ਵਿੱਚ ਨਾ ਇਕੱਠੇ ਖੇਡਦੇ ਸਨ ਕਿ ਦੋਵੇਂ ਦਾਦੇ ਪੁੱਤਰੇ ਭਰਾ ਸਨ ਦੋਵੇਂ ਇੱਕੋ ਹੀ ਖਾਨਦਾਨ ਵਿੱਚੋਂ ਸਨ ਤੇ ਵੰਡ ਤੋਂ ਬਾਅਦ ਕੀ ਹੋਇਆ ਕਿ ਚੌਧਰੀ ਗੁਲਾਮ ਮੁਹੰਮਦ ਪਾਕਿਸਤਾਨ ਰਹਿ ਪਾਕਿਸਤਾਨੀ ਰਹਿ ਗਏ ਤੇ ਉਹ ਮੁਸਲਮਾਨ ਹੋ ਗਏ ਤੇ ਜਿਹੜਾ ਲੇਖਕ ਹੈ ਉਹ ਹਿੰਦੁਸਤਾਨ ਆ ਗਿਆ ਇੰਡੀਆ ਆ ਗਿਆ ਤੇ ਗੁਲਾਮ ਮੁਹੰਮਦ ਦੇ ਘਰ ਦੇ ਬਾਹਰ ਇੱਕ ਟਿੱਬਾ ਸੀ ਟਿੱਬਾ ਕੀ ਹੁੰਦਾ ਰੇਤ ਜਾਂ ਮਿੱਟੀ ਮਿੱਟੀ ਵਾਲੀ ਉੱਚੀ ਥਾਂ ਤੇ ਉਹ ਗੁਲਾਮ ਮੁਹੰਮਦ ਦੇ ਘਰ ਦੇ ਬਾਹਰ ਸੀ ਤੇ ਲੇਖਕ ਨੂੰ ਯਾਦ ਹੈ ਕਿ ਉਸਦੇ ਜਿਹੜਾ ਪਹਿਲਾ ਘਰ ਸੀ ਉਸਦੇ ਘਰ ਦੇ ਬਾਹਰ ਵੀ ਇੱਕ ਟਿੱਬਾ ਸੀ ਤੇ ਗੁਲਾਮ ਮੁਹੰਮਦ ਦਾ ਜਿਹੜਾ ਮੁੰਡਾ ਅਨਵਾਰ ਉਹ 18 ਸਾਲ ਦਾ ਸਭ ਤੋਂ ਪਹਿਲਾਂ ਉਸ ਤੇ ਲੇਖਕ ਦੇ ਪੈਰੀ ਹੱਥ ਲਾਂਦਾ ਹੈ ਤੇ ਹੁਣ ਜਿਹੜਾ ਲੇਖਕ ਹੈ ਉਹ ਚੌਧਰੀ ਸਾਹਿਬ ਚੌਧਰੀ ਗੁਲਾਮ ਮੁਹੰਮਦ ਨੂੰ ਆਪਣੇ ਮਕਾਨ ਬਾਰੇ ਪੁੱਛਦਾ ਹੈ ਪਰ ਜਿਹੜਾ ਚੌਧਰੀ ਉਸ ਨੂੰ ਗੋਲ ਮੋਲ ਦਾ ਜਵਾਬ ਦਿੰਦਾ ਹੈ ਤੇ ਲੇਖਕ ਨੂੰ ਪਹਿਲਾਂ ਤਾਂ ਇਹ ਲੱਗਦਾ ਹੈ ਕਿ ਜਿਸ ਮਕਾਨ ਵਿੱਚ ਉਹ ਬੈਠਾ ਉਹ ਉਸੇ ਦਾ ਮਕਾਨ ਹੈ ਕਿਉਂ ਲੱਗਦਾ ਕਿਉਂਕਿ ਉਸ ਮਕਾਨ ਦੇ ਅੱਗੇ ਵੀ ਟਿੱਬਾ ਸੀ ਤੇ ਹੁਣ ਗੁਲਾਮ ਮੁਹੰਮਦ ਕੇ ਤੇ ਲੇਖਕ ਦੇ ਕਰਦੇ ਅੱਗੇ ਵੀ ਟਿੱਬਾ ਸੀ ਤੇ ਗੁਲਾਮ ਮੁਹੰਮਦ ਦੇ ਕਰਦੇ ਅੱਗੇ ਵੀ ਇੱਕ ਟਿੱਬਾ ਤਿਆਰ ਕਰਕੇ ਲਈ ਜੇ ਨੂੰ ਲੱਗਦਾ ਕਿ ਉਸੇ ਦਾ ਹੀ ਘਰ ਹੈ ਬਟ ਉਸ ਤੋਂ ਬਾਅਦ ਕੀ ਹੁੰਦਾ ਕਿ ਲੇਖਕ ਦੇ ਦੋਸਤ ਕਹਿ ਰਹੇ ਨੇ ਕਿ ਆਪਣਾ ਘਰ ਲੱਭੀ ਹੈ ਤੇ ਪਰ ਉਹ ਕਰ ਹੁੰਦਾ ਨਹੀਂ ਕਿ ਲੇਖਕ ਦਾ ਕਰ ਕਿਤੇ ਹੋਰ ਪਾਸੇ ਹੁੰਦਾ ਤੇ ਚੌਧਰੀ ਗੁਲਾਮ ਮੁਹੰਮਦ ਹੈ ਉਹ ਆਪਣੇ ਪੁੱਤਰ ਅਨਵਰ ਨੂੰ ਕਹਿੰਦਾ ਕਿ ਦੋਸਤ ਮੁਹੰਮਦ ਨੂੰ ਸੱਦ ਲਿਆ ਤੇ ਦੋਸਤ ਮੁਹੰਮਦ ਕੌਣ ਹੁੰਦਾ ਉਹ ਇੱਕ 70 ਸਾਲ ਦਾ ਬੰਦਾ ਹੁੰਦਾ ਤੇ ਉਹ ਚਿੱਟੇ ਰੰਗ ਦੇ ਉਸਨੇ ਪੱਗ ਬੰਨੀ ਸੀ ਤੇ ਜੇ ਉਸੇ ਤਰ੍ਹਾਂ ਦੀ ਉਹ ਪੱਗ ਬੰਦਾ ਦੋਸਤ ਮੁਹੰਮਦ ਜਿਵੇਂ ਲੇਖਕ ਦੇ ਪਿਤਾ ਜੀ ਬੰਦੇ ਸਨ ਤੇ ਜਿਹੜਾ ਦੋਸਤ ਮੁਹੰਮਦ ਹੈ ਉਹ دیਵਾਨ ਦੇਸਰਾਜ ਜਿੱਦੀ ਦੇਖਭਾਲ ਕਰਦਾ ਸੀ دیਵਾਨ ਦੇਸਰਾਜ ਸਾਨੀ ਤੋਂ ਦੇਖਭਾਲ ਕਰਦਾ ਸੀ ਤੇ دیਵਾਨ ਦੇਸਰਾਜ ਸਾਨੀ ਕੌਣ ਸੀ ਉਹ ਇੱਕ ਬੈਰੀਐਸਟਰ ਸੀ ਵਕੀਲ ਸੀ 라ਵਲਪਿੰਡੀ ਵਿੱਚੋਂ ਪ੍ਰੈਕਟਿਸ ਕਰਦਾ ਸੀ ਤੇ ਲੇਖਕ ਦੀ ਬੂਆ ਦੀ ਧੀ ਲੇਖਕ ਦੀ ਪੂਆ ਦੀ ਧੀ ਉਹਨਾਂ ਦੇ ਲੜਕੇ ਦੇ ਨਾਲ ਹੀ ਵਿਆਹੀ ਹੋਈ ਸੀ ਤੇ ਹੁਣ ਦੋਸਤ ਮੁਹੰਮਦ ਵੀ ਕਰਦਾ ਪਤਾ ਨਹੀਂ ਤੇ ਹੁਣ ਬਚਪਨ ਦੀਆਂ ਯਾਦਾਂ ਨਾਲ ਦੋਵੇਂ ਹੀ ਰੋ ਰਹੇ ਸਨ ਕੌਣ ਕੌਣ ਰੋ ਰਿਹਾ ਸੀ ਚੌਧਰੀ ਗੁਲਾ ਮੁਹੰਮਦ ਵੀ ਰੋ ਰਿਹਾ ਸੀ ਤੇ ਦੋਸਤ ਮੁਹੰਮਦ ਵੀ ਰੋ ਰਿਹਾ ਸੀ ਤੇ ਹੁਣ ਲੇਖਕ ਨੂੰ ਆਪਣੇ ਘਰ ਜਾਣਾ ਸੀ ਤੇ ਉਸ ਨੂੰ ਕਿਤੇ ਪਤਾ ਹੀ ਨਹੀਂ ਸੀ ਤੇ ਉਸ ਦਾ ਦੋਸਤ ਸੀ ਕਸਿੰਦਰ ਉਸ ਦੇ ਕੰਢ ਤੇ ਉਹ ਗਲੀ ਵਿੱਚ ਗਲੀ ਵਿੱਚ ਚਲੇ ਜਾਂਦਾ ਤੇ ਆਪਣਾ ਘਰ ਲੱਭਣ ਚਲੇ ਜਾਂਦਾ ਤੇ ਫਿਰ ਨੂੰ ਉਸ ਨੂੰ ਇੱਕ ਘਰ ਦਿੱਖਦਾ ਜਿੱਥੇ ਉਹ ਬਚਪਨ ਵਿੱਚ ਖੇਡਿਆ ਕਰਦਾ ਸੀ ਤੇ ਉਹ ਘਰ ਉਸ ਦੇ ਦੋਸਤ ਦਾ ਸੀ ਹੁਣ ਲੇਖਕ ਨੂੰ ਆਪਣੇ ਦੋਸਤ ਦਾ ਘਰ ਵੀ ਮਿਲ ਗਿਆ ਤੇ ਉਹ ਘਰ ਦੇ ਬਾਰੇ ਗੜੇਬੜਾ ਜਹਾ ਆਦਮੀ ਚਾਦਰ ਲਪੇਟੀ ਬੱਟਾ ਸੀ ਚਾਦਰ ਲਪੇਟ ਕੇ ਬੱਟਾ ਸੀ ਤੇ ਉਹ ਪੁੱਛ ਕੇ ਨਾ ਉਸ ਤੋਂ ਘਰ ਦੇ ਅੰਦਰ ਚਲਾ ਗਿਆ ਤੇ ਘਰ ਦੇ ਅੰਦਰ ਉਸ ਨੂੰ ਨੇ ਤੇ ਜਦੋਂ ਇਸ ਘਰ ਦੇ ਅੰਦਰ ਚਲਾ ਗਿਆ ਫਿਰ ਉਹ ਛੱਤ ਵਿੱਚ ਚਲਾ ਗਿਆ ਜਦੋਂ ਜਦੋਂ ਉਸ ਨੂੰ ਛੱਤ ਵਿੱਚ ਗਿਆ ਤੇ ਉਸ ਨੂੰ ਆਪਣਾ ਹੀ ਘਰ ਦਾ ਸੂਫਾ ਦਿਖਸ ਪਿਆ ਤੇ ਸੂਫਾ ਕੀ ਹੁੰਦਾ ਕਿ ਦਰਵਾਜ਼ੇ ਲੱਗੇ ਕਿਸਮ ਦੇ ਦਿਓੜੇ ਜਿਸ ਵਿੱਚ ਲੋਕੀ ਬੈਠਦੇ ਸਨ ਤੇ ਉਸ ਨੂੰ ਸੂਫਾ ਦਿਖ ਗਿਆ ਉਸ ਨੂੰ ਛੱਤ ਵਿੱਚ ਜਾ ਕੇ ਇੱਕ ਖਾਨ ਦਿਖਸ ਨੂੰ ਆਪਣਾ ਘਰ ਦਿਖ ਗਿਆ ਤੇ ਉੱਥੇ ਉਸ ਦੀ ਦਿਓੜੀ ਦਿਖ ਗਈ ਕਮਰਾ ਦਿਖ ਗਿਆ ਤੇ ਉਸ ਨੂੰ ਰਸੋਈ ਵੀ ਦਿਸ ਗਈ ਤੇਓਫੇਰੋ ਕਹਿੰਦਾ ਉਹ ਸਾਡਾ ਘਰ ਉਹ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ ਉਸ ਨੂੰ ਕਹਿੰਦਾ ਵੀ ਉਹ ਮੇਰਾ ਘਰ ਹੈ ਤੇ ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਮੰਗਣੀ ਹੋਈ ਸੀ ਤੇ ਫਿਰ ਉਸ ਨੂੰ ਆਪਣੀ ਭੈਣ ਦੀ ਯਾਦ ਆ ਜਾਂਦੀ ਹੈ ਤੇ ਉਸ ਦੀ ਭੈਣ ਤਾਂ ਪਰ ਮਰ ਚੁੱਕੀ ਹੈ ਦੇ ਹੁਣ ਉਹ ਲੇਖਕ ਹੈ ਉਹ ਰੋਣ ਲੱਗ ਪੈਂਦਾ ਉਸ ਨੂੰ ਆਪਣੀ ਭੈਣ ਦੀ ਯਾਦ ਆ ਜਾਂਦੀ ਹੈ ਉਹ ਕਹਿੰਦਾ ਰੱਬਾ ਮੇਰੀ ਭੈਣ ਮੋੜ ਦੇ ਤੇ ਉਹ ਰੋ ਰਿਹਾ ਹੁੰਦਾ ਸ਼ਰਮ ਰੋ ਰਿਹਾ ਹੁੰਦਾ ਲੇਖਕ ਤੇ ਉਸ ਨੂੰ ਸ਼ਰਮ ਵੀ ਆ ਰਹੀ ਸੀ ਕਿ ਉਹ ਉਪਰੇ ਦੇਸ਼ ਵਿੱਚ ਹੈ ਉਪਰੇ ਬੰਦਿਆਂ ਵਿੱਚ ਹੈ ਤੇ ਉਹ ਕੀ ਕਰ ਰਿਹਾ ਤੇ ਉਹ ਪਰ ਉਸ ਦਾ ਆਪਣੇ ਉੱਪਰ ਕਾਬੂ ਨਹੀਂ ਸੀਗਾ ਕੰਟਰੋਲ ਨਹੀਂ ਸੀਗਾ ਤੇ ਦੋਸਤੋ ਇਸ ਪਾਰਟ ਵਿੱਚ ਅਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਲੇਖਕ ਨੇ ਸ਼ਬਦਾਂ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਜਜ਼ਬਾਤਾਂ ਨੂੰ ਆਪਣੇ ਇਮੋਸ਼ਨਸ ਨੂੰ ਪ੍ਰਗਟ ਕੀਤਾ ਹੈ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਰਟ ਸੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੇ ਇਸ ਪਾਠ ਦੀ ਅਸੀਂ ਦੋ ਵੀਡੀਓਜ਼ ਫੋਰ ਬਣਾਈਆਂ ਹਨ ਜਿਸ ਵਿੱਚ ਇੱਕ ਵਿੱਚ ਅਸੀਂ ਐਮਸੀਕਿਊ ਬਹੁ ਵਿਕਲਪੀ ਪ੍ਰਸ਼ਨ ਕੀਤੇ ਹਨ ਅਤੇ ਦੂਜੀ ਵੀਡੀਓ ਵਿੱਚ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ ਉਹ ਹੱਲ ਕੀਤੇ ਹਨ ਤੇ ਇਸ ਪਾਠ ਦੀ ਪੂਰੀ ਤਿਆਰੀ ਲਈ ਆਪ ਉਹ ਦੋ ਵੀਡੀਓਜ਼ ਵੀ ਜ਼ਰੂਰ ਦੇਖੋ ਦੋ ਵੀਡੀਓਜ਼ ਬਹੁਤ ਹੀ ਜ਼ਰਦਾ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਜਾਣਗੇ ਨਾਲੇ ਉਹਨਾਂ ਵੀਡੀਓਜ਼ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਐਡ ਕਰ ਦਵਾਂਗੇ ਮਿਲਾਂਗੇ ਆਪ ਮਿਲਾਂਗੇ ਆਪ ਸਾਰਿਆਂ ਨੂੰ ਕਿਸੇ ਹੋਰ ਵੀਡੀਓ ਵਿੱਚ ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਜੀ ਆਜ਼ਾਦ ਸਤਿ ਸ੍ਰੀ ਅਕਾਲ